ਦਿਲਜੀਤ ਦੋਸਾਂਝ ਦੇ ਸਾਰੇ ਫੈਨਸ ਲਈ ਆਖਰਕਾਰ ਉਹ ਪਲ ਆ ਗਿਆ ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ, ਕਿਉਂਕਿ ਹੁਣ ਦਿਲਜੀਤ ਦੋਸਾਂਝ ਨੇ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਬੋਰਨ ਟੂ ਸ਼ਾਈਨ ਟੂਰ ਦੀਆਂ ਅੰਤਿਮ ਅਧਿਕਾਰਿਤ ਤਾਰੀਖਾਂ ਦਾ ਖੁਲਾਸਾ ਕਰਕੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ ਹੈ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 13 ਅਕਤੂਬਰ ਨੂੰ ਮੈਲਬੋਰਨ, 15 ਅਕਤੂਬਰ ਆਕਲੈਂਡ, 20 ਅਕਤੂਬਰ ਸਿਡਨੀ ਅਤੇ 22 ਅਕਤੂਬਰ ਨੂੰ ਬ੍ਰਿਸਬੇਨ ਚ ਬੋਰਨ ਟੂ ਸ਼ਾਈਨ ਟੂਰ ਕੀਤਾ ਜਾਵੇਗਾ। ਇੰਨਾ ਹੀ ਨਹੀਂ ਬਲਕਿ ਦਰਸ਼ਕਾਂ ਲਈ ਟਿਕਟਾਂ ਦੀ ਐਡਵਾਂਸ ਬੁਕਿੰਗ ਵੀ ਖੋਲ ਦਿੱਤੀ ਗਈ ਹੈ। ਦੱਸ ਦਈਏ ਦੋਸਤੋ, ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਕੋਚੈਲਾ ਵਿੱਚ ਪਰਫਾਰਮੈਂਸ ਕੀਤੀ ਸੀ ਤੇ ਹੁਣ ਦਿਲਜੀਤ ਦੋਸਾਂਝ ਲਗਭਗ 10 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਕਰਨਗੇ, ਜਿਸ ਕਾਰਨ ਉਹਨਾਂ ਦੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ। ਵੈਲ, ਜੇਕਰ ਤੁਸੀਂ ਦਿਲਜੀਤ ਦੋਸਾਂਝ ਦੇ ਕੱਟੜ ਫੈਨ ਹੋ ਤਾਂ ਜਿੰਨੀ ਜਲਦੀ ਹੋ ਸਕੇ ਟਿਕਟ ਬੁੱਕ ਕਰਨਾ ਨਾ ਭੁੱਲਿਓ। ਤੁਸੀਂ ਵੇਖਦੇ ਰਹੋ 5 ਤਰ੍ਹਾਂ ਨਿਊਜ਼।